ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਾਂ ਸਾਲ, ਅੱਜ ਮੈਂ ਗੁਰੂ ਜੀ ਦੇ ਸ਼ਬਦ ਵਿੱਚੋਂ ਇੱਕ ਬੰਦ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਸਤਿਗੁਰੂ ਕਿਰਪਾ ਕਰਨ, ਆਪ ਹੀ ਸੇਵਾ ਲੈ ਲੈਣ। ਦੋਸਤੋ, ਲੋਕ ਨਵਾਂ ਸਾਲ ਇਸ ਲਈ ਮਨਾਉਂਦੇ ਹਨ ਕਿ ਸ਼ਾਇਦ ਇਸ ਸਾਲ ਕੁਝ ਨਵਾਂ ਹੋਏਗਾ। ਸਾਡੇ ਵਾਲੇ ਤਾਂ ਖਾਸ ਦਿਨਾਂ ਤੇ ਗੁਰਦੁਆਰੇ, ਮੰਦਿਰ, ਮਸੀਦ ਆਦਿ ਤੇ ਸੰਕ੍ਰਾਂਤ, ਪੂਰਨਮਾਸ਼ੀ, ਈਦ ਆਦਿ ਦਿਨਾਂ ਵਿੱਚ ਜਾਂਦੇ ਹਨ। ਕਿਸ ਲਈ ਜਾਂਦੇ ਹਨ? ਉਹਨਾਂ ਨੂੰ ਲੱਗਦਾ ਹੈ ਕਿ ਖਾਸ ਖਾਸ ਦਿਨ ਜਾਣ ਨਾਲ, ਕਿਸੇ ਖਾਸ ਦਿਹਾੜੇ ਤੇ ਜਾਣ ਨਾਲ ਜ਼ਿੰਦਗੀ ਵਿੱਚ ਜ਼ਰੂਰ ਕੁਝ ਨਵਾਂ ਹੋਏਗਾ। ਪਰ ਹਕੀਕਤ ਇਹ ਹੈ ਕਿ ਕੁਝ ਨਵਾਂ ਤੇ ਚੰਗਾ ਕਿਸੇ ਦਿਨ ਨੇ ਨਹੀਂ ਕਰਨਾ। ਨਵਾਂ ਜਾਂ ਖਾਸ ਪਲ ਜਾਂ ਦਿਨ ਤਾਂ ਉਹ ਹੁੰਦਾ ਹੈ ਜਦ ਅਸੀਂ ਆਪਣੇ ਆਪ ਨੂੰ ਬਦਲ ਲੈਂਦੇ ਹਾਂ। ਦਿਨ ਦੇ ਬਦਲਣ ਨਾਲ ਕੁਝ ਨਵਾਂ ਨਹੀਂ ਹੁੰਦਾ, ਬਲਕਿ ਸਾਡੇ ਬਦਲਣ ਨਾਲ ਕੁਝ ਨਵਾਂ ਜ਼ਰੂਰ ਹੁੰਦਾ ਹੈ। ਨਹੀਂ ਤਾਂ ਜੋ 2016 ਵਿੱਚ ਦੁਖੀ ਸੀ ਉਹ 17 ਵਿੱਚ ਵੀ ਰਿਹਾ, ਤੇ ਉਮੀਦ ਸੀ ਕਿ 18ਵੇਂ ਵਿੱਚ ਖੁਸ਼ ਹੋ ਜਾਏਗਾ, ਪਰ 31 ਤਰੀਕ ਮਤਲਬ ਇੱਕ ਦਿਨ ਜਾਂ 1 ਜਨਵਰੀ 'ਚ ਹੁੰਦੀ ਹੈ, ਇੱਕ ਦਿਨ ਨਵਾਂ ਸਾਲ ਮਨਾਉਣ ਤੋਂ ਬਾਅਦ ਫਿਰ ਉਦਾਸੀ ਆ ਘੇਰਦੀ ਹੈ। ਕਿਉਂਕਿ ਉਦਾਸੀ, ਦੁੱਖ, ਤਕਲੀਫ ਅੰਦਰ ਹੈ, ਇਹ ਅੰਦਰੋਂ ਹੀ ਦੂਰ ਹੋ ਸਕਦੀ ਹੈ। ਅੰਦਰੋਂ ਜਦ ਅਸੀਂ ਬਦਲ ਜਾਂਦੇ ਹਾਂ ਤਾਂ ਹਰ ਦਿਨ ਨਵਾਂ ਲੱਗਦਾ ਹੈ, ਜਿਵੇਂ ਮਾਲਕ ਨੀਤ ਨਵਾਂ ਹੁੰਦਾ ਹੈ। ਸੋ ਸ਼ਬਦ ਦੇ ਬੰਦ ਦੀ ਮੈਂ ਸਾਂਝ ਪਾਉਣ ਜਾ ਰਿਹਾ ਹਾਂ। ਉਸ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਜਾਂ ਇੰਝ ਤੁਸੀਂ ਗੁਰੂ ਜੀ ਨੂੰ ਸਵਾਲ ਕਰੋ, ਇਸ ਤਰ੍ਹਾਂ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਕਿ ਗੁਰੂ ਜੀ ਨੇ ਸਵਾਲ ਕਰੋ ਕਿ ਗੁਰੂ ਜੀ, ਮੈਂ ਸਭ ਦਿਨ ਤੋਂ ਹਾਰ ਮਨਾ ਕੇ ਦੇਖ ਲਏ ਹਨ, ਪਰ ਕੁਝ ਨਵਾਂ ਨਹੀਂ ਹੋਇਆ। ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਰਸਤਾ ਦਿਖਾਓ ਤਾਂ ਜੋ ਕੁਝ ਨਵਾਂ ਅਤੇ ਚੰਗਾ ਹੋ ਸਕੇ। ਤਾਂ ਗੁਰੂ ਜੀ ਜਵਾਬ ਦਿੰਦੇ ਹਨ ਕਿ ਇਹ ਜੋ ਬੰਦ ਸ਼ੁਰੂ ਹੋ ਰਿਹਾ ਹੈ, ਮੈਂ ਤਾਂ ਸਰਵਣ ਕਰਾ ਰਿਹਾ, ਥਿੱਤੇ ਵਾਰ ਸਭ ਸ਼ਬਦ ਸੁਹਾਏ। ਗੁਰੂ ਜੀ ਫਰਮਾਉਂਦੇ ਹਨ ਕਿ ਹੇ ਭਾਈ, ਜੋ ਲੋਕ ਖਾਸ ਖਾਸ ਥਿੱਤਾਂ 'ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖਾਸ ਖਾਸ ਧਾਰਮਿਕ ਕਰਮ ਕਰਦੇ ਹਨ ਅਤੇ ਖਾਸ ਖਾਸ ਫਲ ਮਿਲਣ ਦੀ ਆਸ ਰੱਖਦੇ ਹਨ, ਉਹ ਵਿਅਰਥ ਹੀ ਆਪਣੇ ਸਮੇਂ ਨੂੰ ਬਰਬਾਦ ਕਰ ਰਹੇ ਹਨ। ਅਸਲ ਵਿੱਚ ਸਾਰੀਆਂ ਥਿੱਤਾਂ, ਸਾਰੇ ਵਾਰ ਤਦੋਂ ਹੀ ਸੋਹਣੇ ਹਨ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜੇ ਰਹਿਣ। ਸਤਿਗੁਰ ਸੇਵੇ ਤਾਂ ਫਲ ਪਾਏ। ਜਦੋਂ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਸਿੱਖਿਆ ਉੱਤੇ ਚੱਲਦਾ ਹਾਂ ਤਾਂ ਫਿਰ ਉਹ ਸ੍ਰੇਸ਼ਟ ਫਲ ਮਿਲ ਜਾਂਦਾ ਹੈ, ਜਿਸ ਦੀ ਆਸ ਅਸੀਂ ਹਰ ਸਾਲ ਕਰਦੇ ਆਉਂਦੇ ਹਾਂ। ਇਸ ਲਈ ਕਿਸੇ ਵੀ ਖਾਸ ਥਿੱਤ ਵਾਰ ਨੂੰ ਮਨਾਉਣ ਦੇ ਚੱਕਰ ਵਿੱਚ ਨਾ ਪਵੋ। ਗੁਰੂ ਜੀ ਫਰਮਾਉਂਦੇ ਹਨ ਕਿ ਇਹ ਦਿਨ ਵਾਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਥਿੱਤੀ ਵਾਰ ਸਭ ਆਮ ਹੈ ਜਾਹੇ। ਇਹ ਥਿੱਤਾਂ, ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ, ਪਰ ਜੋ ਸਦਾ ਰਹਿੰਦਾ ਹੈ ਉਹ ਹੈ ਗੁਰੂ ਦਾ ਸ਼ਬਦ। ਅਤੇ ਜੋ ਸਦਾ ਰਹਿਣ ਵਾਲਾ ਗੁਰੂ ਦਾ ਸ਼ਬਦ ਹੈ, ਉਸ ਨਾਲ ਸਾਂਝ ਪਾਈਏ ਨਾ, ਜੋ ਮੈਨੂੰ ਸਦਾ ਰਹਿਣ ਵਾਲੇ ਨਾਲ ਮਿਲਾ ਦੇਵੇ। ਦੇਸ ਦੇ ਹੱਥਾਂ ਵਿੱਚ ਸਭ ਦਾਤਾਂ ਨੇ, ਉਸ ਗੁਰੂ ਦੇ ਸ਼ਬਦ ਨਾਲ ਸਾਨੂੰ ਸਾਂਝ ਪਾਉਣੀ ਚਾਹੀਦੀ ਹੈ। ਗੁਰੂ ਸ਼ਬਦ ਨਿਹਚਲ ਸਦਾ ਸੱਚ ਸਮਾ ਹੈ। ਗੁਰੂ ਦਾ ਸ਼ਬਦ ਹੀ ਅਟਲ ਰਹਿਣ ਵਾਲਾ ਹੈ। ਸ਼ਬਦ ਦੀ ਬਰਕਤ ਨਾਲ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਲੀਨ ਰਹਿ ਸਕਦਾ ਹੈ। ਇਸ ਲਈ ਸਾਡੀ ਜ਼ਿੰਦਗੀ ਨੂੰ ਥਿੱਤਾਂ ਨਹੀਂ ਚੰਗੀਆਂ ਬਣਾਉਂਦੀ, ਬਲਕਿ ਗੁਰਬਾਣੀ ਰਾਹੀਂ ਜਦ ਅਸੀਂ ਬਦਲ ਜਾਂਦੇ ਹਾਂ ਤਾਂ ਹਰ ਦਿਨ ਨੂੰ ਸੋਹਣਾ ਅਤੇ ਭਲਾ ਬਣਾ ਦਿੰਦੇ ਹਨ। ਗੁਰੂ ਜੀ ਫਰਮਾਉਂਦੇ ਹਨ ਕਿ ਥਿੱਤੀ ਵਾਰ ਤਾਂ ਜਾਂ ਸੱਚ ਰਾਤੇ। ਇਹ ਥਿੱਤਾਂ ਅਤੇ ਵਾਰ ਤਦੋਂ ਹੀ ਮਨੁੱਖ ਲਈ ਭਲੇ ਹੁੰਦੇ ਹਨ ਜਦੋਂ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ। ਇੱਥੇ ਕਿੰਨਾ ਵਧੀਆ ਫਰਮਾਇਆ ਹੈ ਨਾ ਗੁਰੂ ਜੀ ਨੇ ਕਿ ਪ੍ਰਭੂ ਦੇ ਪ੍ਰੇਮ ਵਿੱਚ ਜਦ ਗੁਰਬਾਣੀ ਰਾਹੀਂ ਅਸੀਂ ਰੰਗ ਜਾਂਦੇ ਹਾਂ ਤਾਂ ਹਰ ਦਿਨ, ਹਰ ਪਲ ਫਿਰ ਭਲਾ ਹੋ ਜਾਂਦਾ ਹੈ। ਉਹ ਹਰ ਪਲ ਖਾਸ ਹੋ ਜਾਂਦਾ ਹੈ ਜਦ ਅੰਦਰ ਰੱਬੀ ਪਿਆਰ ਪ੍ਰਗਟ ਹੋ ਜਾਏ। ਅਤੇ ਆਪਣੀ ਆਖਰੀ ਪੰਕਤੀ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਯਾਦ ਰੱਖਣ ਯੋਗ ਇਹ ਵੀ ਹੈ ਕਿ ਜੋ ਇਹ ਕਾਰਜ ਨਹੀਂ ਕਰਦੇ, ਭਾਵ ਜੋ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਂਦੇ ਅਤੇ ਹਮੇਸ਼ਾ ਕਿਸੇ ਖਾਸ ਸਮੇਂ ਦੀ ਉਡੀਕ ਵਿੱਚ ਲੰਘੇ ਰਹਿੰਦੇ ਹਨ, ਤਾਂ ਗੁਰੂ ਜੀ ਫਰਮਾਉਂਦੇ ਹਨ ਕਿ ਬਿਨ ਨਾਮ ਹੈ ਸਭ ਭਰਮ ਹੈ ਕਾਚੇ। ਹੇ ਭਾਈ, ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਿਕ ਜੀਵਨ ਵਾਲੇ ਹੋਣ ਕਰਕੇ ਭਟਕਦੇ ਰਹਿੰਦੇ ਹਨ। ਗੁਰੂ ਜੀ ਨੇ ਸਾਫ਼ ਸਾਫ਼ ਫਰਮਾ ਦਿੱਤਾ ਕਿ ਕਿਸੇ ਖਾਸ ਦਿਨ ਤਰੀਕ ਨੂੰ ਉਡੀਕਦੇ ਰਹਿਣ ਵਾਲੇ ਅੰਦਰੋਂ ਕਮਜ਼ੋਰ ਹੋ ਜਾਂਦੇ ਹਨ, ਉਹ ਭਟਕ ਜਾਂਦੇ ਹਨ। ਆਓ ਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਅਸੀਂ ਭਟਕਣਾ ਵਿੱਚ ਨਾ ਪੈ ਜਾਈਏ, ਬਲਕਿ ਥਿਰ ਹੋ ਕੇ ਗੁਰਬਾਣੀ ਨਾਲ ਜੁੜੇ ਰਹੀਏ ਤਾਂ ਜੋ ਸਾਡੇ ਹਰ ਪਲ ਨੂੰ ਇਹ ਗੁਰਬਾਣੀ ਸੋਹਣਾ ਬਣਾ ਦੇਵੇ। ਸੋ ਇਹ ਸੀ ਇੱਕ ਬੰਦ ਜਿਸ ਵਿੱਚ ਗੁਰੂ ਜੀ ਨੇ ਸਮਝਾਇਆ ਕਿ ਦਿਨ ਖਾਸ ਨਹੀਂ ਹੁੰਦੇ, ਦਿਨ ਸਿਰਫ ਦਿਨ ਹੁੰਦੇ ਹਨ, ਨਾ ਚੰਗੇ ਨਾ ਮਾੜੇ, ਦਿਨ ਸਿਰਫ ਦਿਨ ਹੁੰਦੇ ਹਨ। ਚੰਗਾ ਜਾਂ ਮਾੜਾ ਸਾਡੀ ਸੋਚ 'ਤੇ ਨਿਰਭਰ ਹੈ। ਜੇ ਸਾਡੇ ਕੋਲ ਉੱਤਮ ਵਿਚਾਰ ਹਨ ਤਾਂ ਹਰ ਦਿਨ ਸੁਹਾਵਣਾ ਹੈ, ਜੇ ਸਾਡੇ ਕੋਲ ਮਾੜੇ ਵਿਚਾਰ ਹਨ ਤਾਂ ਹਰ ਦਿਨ ਤਕਲੀਫ ਵਾਲਾ ਜਾਪਦਾ ਹੈ। ਇਸ ਲਈ ਦੋਸਤੋ, ਆਓ ਆਪਣੇ ਹਰ ਦਿਨ ਨੂੰ ਨਵੇਂ ਸਾਲ ਵਾਂਗ ਮਨਾਈਏ, ਗੁਰੂ ਦੇ ਸ਼ਬਦ ਸੰਗ ਸੰਤ ਗੁਣਾਂ ਨੂੰ ਅੰਦਰ ਸਮਾਈਏ, ਗੁਰੂ ਦੇ ਸ਼ਬਦ ਵਿੱਚ ਹਰ ਰੰਗ ਨੂੰ ਮਨ 'ਤੇ ਚੜ੍ਹਾਈਏ। ਆਓ ਹਰ ਪਲ ਨੂੰ ਨਵਾਂ ਸਾਲ ਬਣਾਈਏ, ਆਓ ਹਰ ਪਲ ਨੂੰ ਨਵਾਂ ਸਾਲ ਬਣਾਈਏ। ਧੰਨਵਾਦ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।